ਬਾਜੀ ਫਾਰਮ ਭਰਿਆ ਅੱਜ ਭਰਾ ਨਾਲ ਸੀਗੇ ਸਾਰੇ 8 ਦੇ 8 ਐਮਐਲਏ ਔਰ ਇੱਕ ਹਲਕਾ ਇੰਚਾਰਜ ਤੇ ਮੇਰੇ ਭਰਾ ਦੋ ਗਿੱਪੀ ਗਰੇਵਾਲ ਤੇ ਇਹਨੂੰ ਢਿੱਲੋਂ ਜੀ ਨਾਲ ਸੀਗੇ ਮਲਕੀਤ ਰੌਣ ਜੀ ਸਾਰੇ ਇੰਡਸਟਰੀ ਤੋਂ ਵੀ ਆਏ ਸੀਗੇ। ਕਿਵੇਂ ਦਾ ਰਿਸਪੌਂਸ ਲੱਗ ਰਿਹਾ ਹੁਣ ਪੂਰਾ ਫਸਲਾਂ ਮੁਤਾਬਕ? ਬਹੁਤ ਵਧੀਆ ਰਿਸਪੌਂਸ ਆ ਰਿਹਾ ਜੀ, ਬਹੁਤ ਲੋਕਾਂ ਦਾ ਪਿਆਰ ਸਤਿਕਾਰ ਮਿਲ ਰਿਹਾ। ਅੱਜ ਕੱਲ ਬਹੁਤ ਸਾਰੇ ਲੋਕ ਪੀ ਆਰ ਨੇ ਜੀ, ਮੈਂ ਤਾਂ ਇੱਥੇ ਹਾਂ ਪੀ ਆਰ ਦਾ, ਤਾਂ ਮਤਲਬ ਜੇ ਮੈਂ ਇੱਥੇ ਜਾਵਾਂ ਮੈਂ ਇੱਥੇ। ਬਹੁਤ ਵਧੀਆ ਜੀ, ਦੇਖੋ ਬੜਾ ਅਸੀਂ ਪਹਿਲਾਂ ਕੋਟਕਪੁਰੇ ਤੋਂ ਚੱਲੇ ਹਾਂ ਜੀ, ਰੋਡ ਸ਼ੋਅ ਸੀਗਾ, ਰੋਡ ਸ਼ੋਅ ਤੋਂ ਬਾਅਦ ਅਸੀਂ ਅੱਜ ਫਾਰਮ ਫਿਲ ਕਰਨੇ ਸੀ ਮੇਰੇ ਵੀਰ ਦੇ, ਤੇ ਇੰਨਾ ਉਤਸ਼ਾਹ ਯੂਥ ਦੇ ਵਿੱਚ ਜਿਹੜੇ ਯੰਗਸਟਰ ਜਿੰਨੇ ਹੈਗੇ ਨੇ ਸਾਡੇ ਵੀਰ ਭਰਾ ਬਜ਼ੁਰਗ ਮਾਤਾਵਾਂ ਬੱਚੇ ਉਹਨਾਂ 'ਚ ਇੰਨਾ ਉਤਸ਼ਾਹ ਦੇਖ ਕੇ ਬੜਾ ਹਮੇਸ਼ਾ ਹੀ ਵਾਹਿਗੁਰੂ ਦਾ ਸ਼ੁਕਰੀਆ ਅਦਾ ਕਰਨ ਨੂੰ ਜੀ ਕਰਦਾ, ਤੇ ਮੇਰਾ ਭਰਾ ਦੀ ਖਾਤਰ ਆਇਆ ਜੀ, ਇਹਨਾਂ ਭਰਾ ਨੂੰ ਇੰਨਾ ਪਿਆਰ ਕਰਦੇ ਔਰ ਇੰਨਾ ਸ਼ਰੀਫ ਬੰਦਾ ਇਸ ਇਲਾਕੇ ਨੂੰ ਮਿਲਿਆ, ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਹੜੇ ਪਿਆਰ ਕਰਦੇ ਨੇ। ਐਂਡ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਵੀ ਸਭ ਤੋਂ ਪੰਜਾਬ ਦੀ ਇਹ ਪਹਿਲੀ ਸੀਟ ਹੋਵੇ ਜਿਹੜੀ ਬਹੁਤ ਵੱਡੇ ਫਰਕ ਨਾਲ ਜਿੱਤੇ। ਜੇਕਰ ਲੋਕ ਫਰੀਦਕੋਟ ਦੇ ਫਤਵਾ ਦਿੰਦੇ ਤੁਸੀਂ ਫਿਰ ਵੀ ਫਰੀਦਕੋਟ ਆਉਂਦੇ ਰਹੋਗੇ? 100% ਕਿਉਂ ਨਹੀਂ ਬਈ ਜੀ, ਆਵਾਂਗੇ ਆਵਾਂਗੇ, ਅਸੀਂ 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 ਖੜਨ ਵਾਲੇ ਨਹੀਂ, ਪਾਵਾਂ ਮਰੋੜਨ ਵਾਲੇ ਆ ਸਾਰੇ ਯਾਰ ਕਹਿੰਦੇ ਕਹਿੰਦੇ ਇੱਕ ਸਿੰਪਲ ਗੱਲ ਕਹਿੰਦੇ ਨੇ, ਮੈਂ ਤਾਂ ਇੱਕ ਗੱਲ ਦੱਸਦਾ, ਸੱਦੀ ਹੋਈ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ, ਹੈ ਨਾ? ਠੀਕ ਹੈ, ਨਾ ਤਾਂ ਵੀਰ ਭੱਜ ਨਾਲ ਅਸੀਂ ਸਾਰਾ ਕੁਝ ਸ਼ੁਰੂ ਤੋਂ ਗਰੀਬੀ ਤੋਂ ਉੱਠੇ ਆ ਸਾਰੇ ਜਣੇ, ਸਾਡੀ 30-35 ਸਾਲਾਂ ਦੀ ਯਾਰੀ ਹੈ ਤੇ ਸਾਨੂੰ ਰੂਟ ਲੈਵਲ ਦਾ ਪਤਾ ਹੈ, ਸਾਨੂੰ ਅਸੀਂ ਰਿਕਸ਼ਾ 'ਚ ਵੀ ਚੜ੍ਹੇ ਆ, ਸਾਈਕਲ ਵੀ ਚਲਾਏ ਆ, ਤੇ ਆਪ ਸਭ ਦੀ ਕਿਰਪਾ ਦੇ ਨਾਲ ਹੌਲੀ ਹੌਲੀ ਕਾਰਾਂ ਵੀ ਲਈਆਂ ਨੇ, ਔਰ ਸਾਰਿਆਂ ਦੇ ਦੁੱਖ ਜਾਣਨ ਵਾਲੇ ਸਾਰਾ ਕੁਝ ਸਾਨੂੰ ਪਤਾ, ਤੇ ਇਸ ਕਰਕੇ ਬਈ ਜਿਹੜਾ ਮਾਣ ਜਿਹੜਾ ਉਤਸ਼ਾਹ ਪਿਆਰ ਮੁਹੱਬਤ ਜਿਹੜਾ ਇੱਥੇ ਆ ਕੇ ਲੋਕਾਂ ਦੀਆਂ ਅੱਖਾਂ 'ਚ ਜਾਂ ਜੱਫੀਆਂ ਪਾ ਕੇ ਜਾਂ ਮਾਤਾਵਾਂ ਜਦੋਂ ਗੱਲ 'ਚ ਹਾਰ ਪਾਉਂਦੀਆਂ ਨੇ, ਉਹ ਨਿੱਘ ਮਿਲਦਾ ਨਾ, ਉਹਦਾ ਮੁੱਲ ਤਾਂ ਸਾਰੀ ਉਮਰ ਨਹੀਂ ਮੋੜ ਸਕਦੇ, ਸਾਰੀ ਉਮਰ ਵਿੱਚ। ਵਾਹਿਗੁਰੂ ਦੀ ਬਹੁਤ ਕਿਰਪਾ ਰਹੀ ਜੀ, ਬਹੁਤ ਕਿਰਪਾ, ਇੰਨਾ ਪਿਆਰ ਸਾਰਿਆਂ ਦਾ, ਸਾਰਿਆਂ ਲਈ ਬਹੁਤ ਸਤਿਕਾਰ, ਬਹੁਤ ਮੁਹੱਬਤ, ਚੜ੍ਹਦੇ ਅਕਲੇ ਲਈ ਕਾਮਨਾ ਕਰਦਾ ਬਾਈ। ਅੱਜ ਫਰੀਦਕੋਟ ਪਹੁੰਚੇ ਹਾਂ ਜੀ ਅਸੀਂ, ਸਾਡੇ ਇੱਕ ਸਾਥੀ ਕਲਾਕਾਰ ਕਰਮਜੀਤ ਸਿੰਘ ਅਨਮੋਲ ਜਿਹੜੇ ਇਸ ਹਲਕੇ ਤੋਂ ਇਲੈਕਸ਼ਨ 'ਚ ਖੜੇ ਹੋਏ ਨੇ, ਉਹਨਾਂ ਦੀ ਨਾਮਜ਼ਦਗੀ ਸੀ। ਸਾਡੇ ਨਾਲ ਗਿੱਪੀ ਗਰੇਵਾਲ ਜੀ, ਬੀਨੂ ਢਿੱਲੋਂ ਜੀ, ਬਲਕਰਨ ਰਾਜ ਤਿਵਾੜੀ, ਹੋਰ ਸਾਰੇ ਸੱਜਣ ਕਲਾਕਾਰ ਇੰਡਸਟਰੀ 'ਚ ਪਹੁੰਚੇ ਹਾਂ। ਅਸੀਂ ਇਹ ਕਹਾਂਗੇ ਕਿ ਸਾਡੀ ਇੰਡਸਟਰੀ ਦਾ ਬਹੁਤ ਵਧੀਆ ਇਨਸਾਨ ਹੈ ਜੀ, ਜਿਹਨੂੰ ਇਹ ਟਿਕਟ ਦੇ ਨਾਲ ਵਾਜਿਆ ਗਿਆ। ਸੋ ਅਸੀਂ ਸਮਝਦੇ ਹਾਂ ਕਿ ਜੇ ਇਹੋ ਜਿਹੇ ਕਲਾਕਾਰ ਸਿਆਸਤ ਵਿੱਚ ਆਉਣਗੇ, ਜੇ ਚੰਗੇ ਇਨਸਾਨ ਸਿਆਸਤ ਵਿੱਚ ਆਉਣਗੇ, ਤਾਂ ਸਮਝਦੇ ਹਾਂ ਕਿ ਲੋਕਾਂ ਦੀ ਆਵਾਜ਼ ਬਣ ਕੇ ਸੰਸਦ 'ਚ ਪਹੁੰਚਣਗੇ, ਲੋਕਾਂ ਦੀ ਆਵਾਜ਼ ਨੂੰ ਉੱਪਰ ਤੱਕ ਲੈ ਕੇ ਜਾਣਗੇ। ਅੱਜ ਸੱਚੀ ਮੁੱਚੀ ਸਾਡੇ ਪੰਜਾਬ ਲਈ, ਲੋਕਾਂ ਲਈ ਕੰਮ ਕਰਨ ਦੀ ਲੋੜ ਹੈ। ਸੋ ਇਸ ਕਰਕੇ ਅਪੀਲ ਕਰਨ ਪਹੁੰਚਿਆ ਜੀ, ਕਰਮਜੀਤ ਨੂੰ ਜਿਤਾ ਕੇ ਭੇਜੋ ਤਾਂ ਕਿ ਉਹ ਤੁਹਾਡੀ ਆਵਾਜ਼ ਬਣ ਕੇ ਉੱਪਰ ਤੱਕ ਪਹੁੰਚੇ। ਫਰੀਦਕੋਟ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਮੈਸੇਜ ਇਹੀ ਹੈ ਕਿ ਚੰਗਾ ਕੈਂਡੀਡੇਟ ਹੈ ਜੀ, ਚੰਗੇ ਕੈਂਡੀਡੇਟ ਦਾ ਮਿਲਣਾ ਇੱਕ ਚੰਗੀ ਗੱਲ ਹੁੰਦੀ ਹੈ, ਉਹ ਸਾਨੂੰ ਮਿਲਿਆ। ਸੋ ਇਸ ਕਰਕੇ ਇਸ ਗੱਲ ਦਾ ਫਾਇਦਾ ਉਠਾਈਏ, ਆਪਾਂ ਹੋਰ ਪਾਰਟੀਆਂ ਨੂੰ ਬਹੁਤ ਲੰਬਾ ਟਾਈਮ ਦਿੱਤਾ, ਇੱਕ ਮੌਕਾ ਦੇ ਕੇ ਦੇਖੀਏ ਇਹਨਾਂ ਨੂੰ।